ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਪਰਮਜੀਤ ਸਿੰਘ ਸਖਦੇਵ ਐਗਰੋ ਇੰਡਸਟਰੀ ਮਲੋਟ ਤੋਂ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ। ਇਹ ਜੋ ਤੁਸੀਂ ਦੇਖ ਰਹੇ ਹੋ, ਸਵਰਾਜ 855 ਟਰੈਕਟਰ ਦੇ ਉੱਪਰ ਸਪਰੇ ਬੂਮ ਸਿਸਟਮ ਤਿਆਰ ਕੀਤਾ ਗਿਆ ਹੈ। ਇਹ ਜੋ ਬੂਮ ਤੁਸੀਂ ਦੇਖ ਰਹੇ ਹੋ, ਇਹ ਮਤਲਬ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਬਣਿਆ ਹੋਇਆ ਹੈ। ਸਾਰਾ ਬੂਮ ਇਹ ਸਟੇਨਲੈਸ ਸਟੀਲ ਦੇ ਵਿੱਚ ਤਿਆਰ ਕੀਤਾ ਗਿਆ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇੱਕ ਤਾਂ ਇਸ ਨੂੰ ਜੰਗਾਲ ਨਹੀਂ ਲੱਗਦੀ, ਨੰਬਰ ਦੋ ਕਿ ਇਹ ਵਜਨ ਦੇ ਵਿੱਚ ਲਾਈਟ ਹੈ, ਹੈਵੀ ਹੈ। ਬੂਮ ਦੀ ਲੰਬਾਈ ਜ਼ਿਆਦਾ ਹੋਣ ਕਰਕੇ ਝਟਕਾ ਵੱਜਣ ਦੇ ਨਾਲ ਕੋਈ ਨੁਕਸਾਨ ਦਾ ਡਰ ਬਹੁਤ ਹੀ ਜ਼ਿਆਦਾ ਘੱਟ ਜਾਂਦਾ ਹੈ। ਬਹੁਤ ਵਧੀਆ ਬੂਮ ਬਣਿਆ, ਇਹ ਲਗਭਗ ਤੁਹਾਡਾ 75 ਫੁੱਟ ਏਰੀਆ ਕਵਰ ਕਰੇਗਾ। ਇਸ ਦੇ ਵਿੱਚ ਸਾਈਡ 'ਤੇ ਗੰਨਾਂ ਦੀ ਪ੍ਰੋਵੀਜ਼ਨ ਦਿੱਤੀ ਗਈ, ਤੁਸੀਂ ਉਹ ਆਪਣੀ ਲੋੜ ਦੇ ਮੁਤਾਬਕ ਚਲਾ ਸਕਦੇ ਹੋ। ਇਸ ਤੋਂ ਬਾਅਦ ਗੱਲ ਕਰੀਏ ਜੇ ਟਾਇਰਾਂ ਦੀ, ਤਾਂ ਤੁਸੀਂ ਟਾਇਰ ਦੇਖ ਸਕਦੇ ਹੋ, ਬਹੁਤ ਵਧੀਆ ਕੁਆਲਿਟੀ ਦੇ ਟਾਇਰ ਇਸ ਵਿੱਚ ਵਰਤੇ ਗਏ ਹਨ। ਇਹ ਜੋ ਸਾਈਜ਼ ਹੈ 1600-2100, ਜੋ ਕਿ ਫੁੱਲ ਸਾਈਜ਼ ਟਾਇਰ ਅਵੇਲੇਬਲ ਆ ਮਾਰਕੀਟ ਦੇ ਵਿੱਚ, ਉਹ ਸਾਈਜ਼ ਲੱਗਿਆ ਹੋਇਆ ਹੈ। ਯੂਰਪੀਅਨ ਟਾਇਰ ਹਨ, ਬਹੁਤ ਹੀ ਵਧੀਆ ਕੁਆਲਿਟੀ ਹੈ ਇਹਨਾਂ ਦੀ, ਬਹੁਤ ਜ਼ਿਆਦਾ ਲੋਡ ਕੈਰਿੰਗ ਕਪੈਸਿਟੀ ਹੈ। ਇਹ ਟਾਇਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਟੈਂਪ ਲੱਗੀ ਹੈ, ਇਹੀ ਓਰੀਜਨਲ ਟਾਇਰ ਦੀ ਨਿਸ਼ਾਨੀ ਹੋਏਗੀ। ਜੋ ਵੀ ਆਪਾਂ ਟਾਇਰ ਲਾ ਕੇ ਦਿੰਦੇ ਹਾਂ, ਹਰ ਇੱਕ ਟਾਇਰ ਦੇ ਵਿੱਚ ਸਟੈਂਪ ਸੀਰੀਅਲ ਨੰਬਰ ਲੱਗਿਆ ਹੁੰਦਾ ਹੈ। ਬਹੁਤ ਵਧੀਆ ਕੁਆਲਿਟੀ ਦੇ ਟਾਇਰ ਹਨ, ਕੋਈ ਇਹਨਾਂ ਦੀ ਦਿੱਕਤ ਨਹੀਂ ਆਏਗੀ, ਇਹਨਾਂ ਦੀ ਪੇਸਟਿੰਗ ਦੀ ਗਰੰਟੀ ਹੁੰਦੀ ਹੈ ਜੀ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਜੋ ਡਰਮ ਲੱਗਿਆ ਹੈ, ਇਹ ਸੈਟਅਪ ਹੈ ਜੋ ਅਸੀਂ ਮੱਡ ਗਾਰਡਨ ਦੇ ਉੱਤੇ ਸੈੱਟ ਕੀਤਾ ਹੈ। ਇਹ 400-400 ਲੀਟਰ ਦੇ ਆਪਣੇ ਦੋ ਡਰਮ ਹਨ, ਵਿੱਚ 800 ਲੀਟਰ ਦੇ ਲਗਭਗ ਪਾਣੀ ਤੁਹਾਡਾ ਪੈ ਜਾਂਦਾ ਹੈ। ਬਹੁਤ ਹੀ ਵਧੀਆ ਸਿਸਟਮ ਹੈ, ਟਰੈਕਟਰ ਦੀ ਕੋਈ ਖੁੱਲ ਪਾਣੀ ਨਹੀਂ ਹੁੰਦੀ। ਓਰੀਜਨਲ ਟਰੈਕਟਰ ਇਹਦਾ ਬਿਲਕੁਲ ਖਾਲੀ ਮੱਡ ਗਾਰਡ ਉਤਾਰ ਕੇ ਉਹਨਾਂ ਦੀ ਜਗ੍ਹਾ 'ਤੇ ਟੈਂਕੀਆਂ ਫਿੱਟ ਹੋ ਜਾਂਦੀਆਂ ਹਨ। ਕੱਲ੍ਹ ਨੂੰ ਤੁਸੀਂ ਟਰੈਕਟਰ ਤੋਂ ਕੰਮ ਲੈਣਾ ਹੈ ਤਾਂ ਉਹ ਵੀ ਤੁਸੀਂ ਆਰਾਮ ਨਾਲ ਲੈ ਸਕਦੇ ਹੋ, ਕੋਈ ਦਿੱਕਤ ਨਹੀਂ ਉਹਦੇ ਵਿੱਚ। ਬਹੁਤ ਹੀ ਵਧੀਆ ਕੁਆਲਿਟੀ ਦਾ ਸਾਰਾ ਸਿਸਟਮ ਤਿਆਰ ਕੀਤਾ ਗਿਆ ਹੈ। ਬਾਕੀ ਜੋ ਬੂਮ ਦਾ ਕੰਟਰੋਲ ਹੈ, ਸਾਈਡ ਬੰਦ ਕਰਨੀ ਹੈ, ਉੱਪਰ ਨੀਚੇ ਕਰਨਾ ਹੈ, ਸਾਰਾ ਉਹ ਡਰਾਈਵਰ ਦੇ ਹੱਥ ਵਿੱਚ ਹੀ ਹੋਏਗਾ। ਸਾਰਾ ਉੱਥੋਂ ਤੁਸੀਂ ਕੰਟਰੋਲ ਕਰ ਸਕਦੇ ਹੋ। ਅਤੇ ਕਿਸੇ ਵੀ ਵੀਰ ਨੇ ਜੇ ਇਹ ਸਿਸਟਮ ਤਿਆਰ ਕਰਾਉਣਾ ਹੋਵੇ ਤਾਂ ਆਪਣੇ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰ ਸਕਦਾ ਹੈ। ਆਪਣੀ ਫਰਮ ਦਾ ਨਾਮ ਸਖਦੇਵ ਐਗਰੋ ਇੰਡਸਟਰੀ ਮਲੋਟ ਹੈ, ਜੋ ਕਿ ਮਲੋਟ ਡਿਸਟ੍ਰਿਕਟ ਮੁਕਤਸਰ ਵਿੱਚ ਸਥਿਤ ਹੈ। ਆਪਣਾ ਐਡਰੈਸ ਮੇਨ GT ਰੋਡ 'ਤੇ, ਓਪੋਜ਼ਿਟ ਓਲਡ ਪਾਵਰ ਹਾਊਸ। ਧੰਨਵਾਦ ਜੀ।